ਕੱਚ ਰਹਿ ਗਿਆ ਸਭ ਕੁਝ ਥੋੜਾ ਹੀ ਰਹਿ ਗਿਆ ਚਲ ਛੇਤੀ ਕਰ ਆਪਾਂ ਅੱਜ ਘਰ ਦੇ ਸਾਰੇ ਕੰਮ ਆਪਾਂ ਨੂੰ ਕਰਨੇ ਪੈਣੇ ਆ ਰਾਮੂ ਆਪਣਾ ਬਿਮਾਰ ਅੱਜ ਹਾਂ ਛੇਤੀ ਕਰ ਲਾ ਫਿਰ ਆਪਾਂ ਪਹਿਲਾਂ ਮੈਂ ਸਮਝਦੀ ਆ ਫਿਰ ਸਬਜ਼ੀ ਰੋਟੀ ਆ ਰੋਟੀ ਬਾਅਦ ਚ ਪਕਾਵਾਂਗਾ ਠੀਕ ਆ ਸਬਜ਼ੀ ਬਣਾ ਲਾ ਛੇਤੀ ਮੜਾ ਆ ਪਾਥੀਆਂ ਲਾ ਲਾ ਨਾ ਹੋਰ ਮੜੀ ਅੱਗ ਤੇਜ਼ ਕਰ ਲਾ ਛੇਤੀ ਬਣ ਜਾ हाँ दीदी मज्जा तो आप ही करना पेगा ना और अपन ही करना पेगा जी फिर रामू बेचारा बीमार है ना फिर अपना ठीक है आटा गुन लिया तो मैं आप रोटी ला ले निक्की का फोन आई जाता हाँ निक्की अज का फोन कि आ गया हैलो हाँ निक्की अच्छा पूरे आ रही है तू पहला फोन नहीं किया फिर तुरन लगी ने किड़े अड्डे से आ नेड़े वाले थे पिंड वाले थे चल मैं भेज दी तेरे भरा विक्की ठीक है चल तेन लैन आता निक्की आई आ अपनी हाँ अड्डे तक कमली ने फोन किया चल मैं विक्की भेज दी हाँ विक्की दवा दा फिर हाँ लग ना ना जाए मैं नींबू पाया बाप विक्की फोन तो ही नहीं पता नहीं बाबी अपनी निक्की आई है जा उन्होंने लेके ही बस जाइए हो अड्डे ने चली जा वो किमे आ गई अज ला वो के नाल के नहीं आ सकदी है कौन बच्चा क्यों किरे नाल आ गई अज कल्ली हुई बस ते आई है वो उन्होंने तो इत्थे आके फोन कीता तेरी मैं आ गई हां कॉलेज तो आ रही होनी अज हूं तो किथे होदी अपने वास्ते स्पेशल मैं वो तो भाई तो पता लगू जा मोटरसाइकिल ते चल मैं जानना मैं लेके आऊंगा पाले नमक मिर्च छेती कर फिर आप रोटी बना लागे ना रोटी का टाइम है भुखी तो ही आऊगी है कॉलेज कुलेज आऊगी हाँ चल खा ना ले मामा जी तो हाले तक नहीं आए मैं घंटा हो गया खड़ी नू फोन भी मैं तो कदों का किया इतना टाइम हो गया मामा जी मामा जी हम तक आएगा गर्मी भी इन्नी आ इतना खड़ना औखा हो रहा मामा जी कितने रह गए इन्नी गर्मी च खड़े भी नहीं जाता वो आ गए मामा जी रोटी पका के खवावांगे सब्जी पिंडी दी हां जी पिंडी दी सब्जी ओ पिंडी दी मेनू पसंद भी बहुत है अच्छा मामी मैं दसी ता जानी है मेरे फोन दी बैटरी डेड हो गई सीगी और पढ़ाई भी ना चलदी है घर तरना लगी पढ़ाई भी बढ़िया चलदी है मामी और निक्की पुत्तर एग्जाम किवें ने तेरे हण हो गए बस एग्जाम तो थानू पता ही है मामा जी लॉकडाउन करके केड़ा विच ही छुट्टी जांदे नेगे हुन तो खुद ते डिपेंड है स्टडी दा चल घरे पढ़ ले कर पुत्तर बच्चा दा फायदा हो गया जवाकड़ी करो रोटी बनाओ जल्दी मामिया रोज रोज खान मिलदी बनाओ
ਚੱਲ ਚੱਲ ਬਣਾ ਦਿੰਦੇ ਭਾਈ ਤੈਨੂੰ ਖਵਾਉਂਦੇ ਆ ਰੋਟੀ ਨਾ ਤੇਰੇ ਮਾਰੇ ਆਂਦਾ ਸੀ ਹੋਰ ਨਿੱਕੀ ਪਤਾ ਤੇਰਾ ਪਾਪਾ ਹੁਣ ਕਿਵੇਂ ਲਾ ਹਟ ਗਿਆ ਦਾਰੂ ਪੀਣ ਨੂੰ ਉਹੀ ਹਾਲ ਆ ਦਾ ਬਸ ਪੁੱਛੋ ਨਾ ਦਿਨੋਂ ਦਿਨ ਬਸ ਜਿਵੇਂ ਤਰੀਕਾਂ ਵੱਧਦੀਆਂ ਨੇ ਉਹਦੀ ਦਾਰੂ ਪੀਣ ਦੀ ਲੱਤ ਵੱਧਦੀ ਆ ਪਤਾ ਹੀ ਆ ਤੁਹਾਨੂੰ ਨੂੰ ਸੁਧਾਰ ਲਓ ਹੁਣ ਤੁਸੀਂ ਵੀ ਵੱਡੇ ਹੋ ਗਏ ਪੁੱਤ ਮਾੜਾ ਮੋਟਾ ਨੂੰ ਰੋਕਿਆ ਕਰੋ ਤੁਸੀਂ ਸਾਡੀ ਮੰਨਦਾ ਨਹੀਂ ਮਾਮਾ ਜੀ ਉਹ ਹੋਰ ਤੁਸੀਂ ਵੱਡੇ ਹੋ ਗਏ ਤੁਸੀਂ ਸਿਆਣੇ ਹੋ ਗਏ ਜਵਾਕ ਤਾਂ ਮੇਰੇ ਬਰਾਬਰ ਦੇ ਹੋਏ ਪਏ ਆ ਕੁਛ ਉਹਨੂੰ ਵੀ ਖੁਦ ਸਮਝਣਾ ਚਾਹੀਦਾ ਨਾ ਮਾਮਾ ਜੀ ਵੀ ਮੇਰੀਆਂ ਧੀਆਂ ਮੇਰੇ ਬਰਾਬਰ ਦੀਆਂ ਹੋ ਰਹੀਆਂ ਨੇ ਉਹ ਤਾਂ ਹੁਣ ਹੈਗਾ ਨਾ ਸਮਝ ਤੁਸੀਂ ਉਹਨੂੰ ਰੋਜ਼ ਟੋਕੀ ਜਾਇਆ ਕਰੋ ਲੜੀ ਜਾਇਆ ਕਰੋ ਇਸ ਗੱਲ ਪਿੱਛੇ ਸਾਰਾ ਸਾਰੇ ਲੜਕੇ ਜਿਹੜਾ ਉਹ ਕਿਸੇ ਦੀ ਸੁਣਦਾ ਉਹ ਉਹਦੇ ਤਾਂ ਉੱਪਰ ਦੀ ਲੱਗ ਜਾਂਦੀ ਆ ਮਾਮਾ ਜੀ ਜੇ ਸਮਝਣ ਵਾਲਾ ਹੋਵੇ ਫਿਰ ਦਾਰੂ ਇੰਨੀ ਜ਼ਿਆਦਾ ਪੀਵੇ ਹੀ ਨਾ ਗੱਲ ਤਾਂ ਹੋ ਗਈ ਕੋਈ ਨਾ ਪੁੱਤ ਉਹਨੂੰ ਤੂੰ ਕੁਝ ਬਣ ਕੇ ਦਿਖਾ ਦੀ ਹੁਣ ਪਤਾ ਲੱਗ ਜੇ ਇਹਨੂੰ ਵੀ ਨਸ਼ਾ ਤਾਂ ਸਾਰੇ ਕਰਦੇ ਨੇ ਬਟ ਕੋਈ ਹਿਸਾਬ ਨਾਲ ਕਰਦੇ ਨੇ ਨਾ ਵੀ ਜਿਹੜੀ ਚੱਲਿਆ ਜਾ ਉਹ ਤਾਂ ਪਾਗਲਾਂ ਵਾਲਾ ਕੰਮ ਆ ਉਹਦਾ ਤਾਂ ਬਸ ਕੋਈ ਟਿਕਾਣੇ ਨਹੀਂ ਬੰਦੇ ਨੂੰ ਅਕਲ ਹੀ ਨਹੀਂ ਉਹਨੂੰ ਕੋਈ ਉਹ ਨਾਨਾ ਜੀ ਤਾਂ ਪਿੱਛੇ ਬੈਠੇ ਨੇ ਮਾਮਾ ਜੀ ਮੈਂ ਹਾਂ ਨਾਨਾ ਜੀ ਨੂੰ ਮਿਲਿਆ ਸਤਿ ਸ਼੍ਰੀ ਅਕਾਲ ਨਾਨਾ ਜੀ ਕਿਵੇਂ ਠੀਕ ਹੋ ਹੋਰ ਕਿਵੇਂ ਠੀਕ ਹੋ ਸਤਿ ਸ਼੍ਰੀ ਅਕਾਲ ਨਾਨਾ ਜੀ ਕਿਵੇਂ ਠੀਕ ਹੋ ਜੀ ਹੋਰ ਕਿਵੇਂ ਚੱਲੀ ਜਾਂਦਾ ਜੀ ਵਧੀਆ ਗੋਡਾ ਤਾਂ ਹੁਣ ਠੀਕ ਹੋ ਗਿਆ ਚਲੋ ਮੈਂ ਵੀ ਤੁਹਾਡੇ ਬਾਰੇ ਸੁਣਿਆ ਸੀ ਪਤਾ ਨੀ ਤੁਹਾਡੇ ਬਾਰੇ ਸੁਣਿਆ ਸੀ ਹਲਕਿਆ ਕੁੱਤਾ ਕਹਿੰਦੇ ਸੀ ਪਿੱਛੇ ਬਹਿ ਗਿਆ ਕੁੱਤਾ ਪਿੱਛੇ ਬਹਿ ਗਿਆ ਸੀ ਗੁਰਦੁਆਰੇ ਬਾਕੀ ਤੁਸੀਂ ਆਪਦਾ ਧਿਆਨ ਰੱਖਿਆ ਕਰੋ ਆ ਕਰੋਨਾ ਕਰੋਨਾ ਹੀ ਚੱਲ ਰਹੀ ਹੈ ਠੀਕ ਹੈ ਹਾਂ ਜਦੋਂ ਗੁਰਦੁਆਰੇ ਜਾਂਦੇ ਹੁੰਦੇ ਹੋ ਆ ਕੇ ਹੱਥ ਧੋਇਆ ਕਰੋ ਜਾਂ ਮਾਸਕ ਲਗਾ ਕੇ ਜਾਇਆ ਕਰੋ ਠੀਕ ਹੈ ਨਾ ਨਹੀਂ ਠੀਕ ਆ ਚਲੋ ਮੈਂ ਉਧਰ ਮਾਮੀ ਹੋਰ ਰੋਟੀ ਰੋਟੀ ਬਣਾਉਂਦੇ ਨੇ ਮੈਂ ਉਹਨਾਂ ਦੀ ਹੈ ਜਾ ਕੇ ਹੈਲਪ ਕਰ ਚਲੋ ਆਪਦਾ ਧਿਆਨ ਰੱਖਿਆ ਕਰੋ ਠੀਕ ਹੈ ਵਧੀਆ ਮੱਖਿਆ ਹੋਰ ਬੰਦੀ ਬੜੇ ਥਣ ਲਿਆ ਪੈਣ ਮੇਰੀਏ ਰੋਟੀ ਕਿੱਥੇ ਬਣਾਵਾਂਗੇ ਰੀਤੀ ਰੋਟੀ ਲਾ ਲਾ ਛੇਤੀ ਦਿਨ ਭੁੱਖ ਬਹੁਤ ਲੱਗੀ ਪਈ ਹੋਣੀ ਹੋਰ ਮਾਮੀ ਜੀ ਲਾਓ ਲੈ ਆਈ ਐਡੀ ਦੂਰ ਉਹ ਵਿਚਾਰੀ ਨੂੰ ਭੁੱਖ ਲੱਗੀ ਪਈ ਹੋਣੀ ਭੁੱਖ ਨਹੀਂ ਵੈਸੇ ਮਾਮੀ ਜੀ ਚਲੋ ਮਾਮੀ ਜੀ ਆਪਣੇ ਖਾਤੇ ਹੋਰ ਤਾਂ ਭੁੱਖ ਵੀ ਲੱਗੀ ਹੋਈ ਹੈ ਰੁੜ ਗਈ ਜੀ ਉਹ ਤਾਂ ਹੋਰ ਮਾਮੀ ਜੀ ਕਾ ਅਬੇ ਛੇਤੀ ਛੇਤੀ ਬਣਾਓ ਭੁੱਖ ਵਾਲੀ ਲੱਗੀ ਪਈ ਹੋਣੀ ਤਾਂ ਬਾਈ ਬਣਾਈ ਜਾਂਦੇ ਸਾਵਾ ਕਰ ਅੱਜ ਫੌਜੀ ਦਾ ਫੋਨ ਆਇਆ ਸੀ ਮੇਰੇ ਕੋਲੇ ਚਾ ਕੀ ਕਹਦਾ ਕਹਿੰਦਾ ਸੀ ਕਹਿੰਦਾ ਛੇਤੀ ਆਉਂਗਾ ਮੈਂ ਕਹਿੰਦਾ ਹੁਣ ਛੁੱਟੀ ਅੱਛਾ ਮੈਂ ਆ ਜੀ ਬਈ ਫਿਰ ਛੇਤੀ ਜੀ ਕਹਿੰਦਾ ਹੁਣ ਤਾਂ ਮੈਂ ਛੇਤੀ ਵੀ ਆ ਜਾਣਾ ਅੱਛਾ ਆਇਆ ਸੁਣ ਦਿਨ ਦਾ ਮੈਨੂੰ 4 ਮਹੀਨੇ ਹੋ ਗਏ ਅੱਜ ਦਾ ਖੁਸ਼ੀ ਆ ਪੂਰਾ ਕਹਿੰਦਾ ਸਾਹ ਮੰਨ ਗਿਆ ਕਹਿੰਦਾ ਛੇਤੀ ਦੇ ਦੇ ਛੇਤੀ ਮੈਂ ਕਿਹਾ ਅੱਡੇ ਦਾ ਅੱਖਾਂ ਤਰਸੀਆਂ ਪਈਆਂ ਨੇ ਮੈਂ ਜਮਾਂ ਤੈਨੂੰ ਦੇਖਣ ਨੂੰ ਅਰੇ ਕਹਿੰਦਾ ਤੇਰੇ ਵਾਸਤੇ ਗਿਫਟ ਲਿਆਉਂਗਾ ਨਾ ਮੈਂ ਤੇਰੇ ਵਾਸਤੇ ਹੋਰ ਵੱਡੇ ਮਾਮਾ ਜੀ ਘੱਟ ਹੀ ਉਹਦਾ ਫਿਰ ਕਟੋਤੀ ਰਹਿੰਦਾ ਬਹੁਤ ਚ ਨਾ ਮੈਨੂੰ ਪਤਾ ਲੱਗਦਾ ਕਦੇ ਦਾ ਤੇ ਸਾਰੀ ਸਾਰਾ ਦਿਨ ਦੀ ਕੁੜੀ ਸਟਿੰਗ ਚੱਲਦੀ ਉਹਦੇ ਕੋਲ ਕਦੇ ਤਾਂ ਛੁੱਟੀ ਮਿਲਦੀ ਹੋਣੀ ਬਾਟਰਾਂ ਤੇ ਛੁੱਟੀ ਆ ਗਈ ਤਾਂ ਰੇ ਨਹੀਂ ਆਇਆ ਮਿਲਣ ਸਾਨੂੰ ਨਹੀਂ ਮਿਲਣਾ ਹੈ ਬਚਾਰੀ ਵੱਡੀ ਮਾਂ ਕਰੇ ਚੰਗਾ ਨਹੀਂ ਜੀ ਥੜ ਜਾ ਪੰਗੋ ਪਰ ਟੂਟ ਲੈਂਦੀ ਦੇ ਮਾਮਾ ਹੀ ਰਾਮੂ ਨਹੀਂ ਦਿਸਦੇ ਰਾਮੂ ਦਾ ਤਾਂ ਬਿਮਾਰ ਹੋ ਗਿਆ ਛੁੱਟੀ ਲੈ ਕੇ ਵਗ ਗਿਆ ਹੁਣ ਪਤਾ 2 ਦਿਨ ਲਾਊ ਕਿ 3 ਦਿਨ ਲਾਊ ਕਹਿੰਦਾ ਜਿੱਦੇ ਠੀਕ ਹੋ ਗਿਆ ਉੱਦੀ ਆਊ ਬਸ ਐਂ ਕਹਿ ਕੇ ਵਗ ਗਿਆ ਕੀ ਪਤਾ ਲੱਗਦਾ ਹੁਣ ਸਾਰਾ ਕੰਮਾਂ ਚ ਆਪ ਕਰਨੇ ਪੈਣਗੇ ਮੈਨੂੰ ਤਾਂ ਉਹ ਤੀਜੇ ਦਿਨ ਬਿਮਾਰ ਹੋ ਜਾਂਦੇ ਨੇ ਆਈਆਂ ਤਾਂ ਜਿੱਦੇ ਤੂੰ ਪਹਿਲਾਂ ਹੀ ਸੀ ਉੱਦੇ ਵੀ ਬਿਮਾਰ ਹੋ ਰਿਹਾ ਸੀ ਹੁਣ ਆਈਆਂ ਤੂੰ ਹੁਣ ਫੇਰ ਬਿਮਾਰ ਆ ਵਧੀਆ ਦਵਾਈ ਲੈਣੀ ਚਾਹੀਦੀ
ਦਵਾਈ ਦਵਾ ਦਵਾ ਕੇ ਅੱਕ ਗਿਆ ਮੈਂ ਤੈਨੂੰ ਭਾਂਡੇ ਚੱਕਣਾ ਰੋਟੀ ਖਾਂਦੇ ਆਪਾਂ ਕਿੱਥੇ ਤੂੰ ਆਇਆ ਉਹੀ ਤੇਜੀ ਰੋਟੀ ਪੱਕ ਲਈ ਆਪਣੇ ਮਾਮੀ ਰੋਟੀ ਬਣਾਇਆ ਬੜਾ ਛੱਡ ਦਿੰਦੇ ਤੁਸੀਂ ਬਸ ਮੈਂ ਮੋਟੀ ਹੋ ਜਾਊਂਗਾ ਵਿਚਾਰੀ ਕੁੜੀ ਡੋਲ ਆ ਤੁਸੀਂ ਆ ਮਾਪੇ ਨੂੰ ਖਵਾ ਦਿਆ ਕਰੋ ਵਿਚਾਰੀ ਨੂੰ ਆ ਇੰਨਾ ਜੋ ਸਾਂਭ ਰੱਖਿਆ ਇਹ ਤਾਂ ਹੋਰ ਹੀ ਖਰਾਕ ਬਾਈ ਤਕੜੀ ਖਾਂਦੇ ਡੱਬੀ ਖਾਈ ਜਿਹਦਾ ਡੱਬੀ ਨਹੀਂ ਛੱਡਦੀ ਤੇਰੇ ਵਿਚਾਰੀ ਨੂੰ ਹੋਰ ਕੁਝ ਨਹੀਂ ਮਿਲਦਾ ਹੁਣ ਹੋਰ ਆਹੋ ਆਇਆ ਨਹੀਂ ਕਿ ਨਾਲ ਤਾਂ ਇਹ ਖਾਂਦੀ ਆ ਸਲੇਟੀਆਂ ਨਾਲੇ ਮਸਾਲਾ ਖਾਂਦੀ ਆ ਠੀਕ ਆ ਨਾਲੇ ਮਿੱਟੀ ਮੁੱਟੀ ਛੱਡਦੀ ਕੁਛ ਨਹੀਂ ਤਾਂ ਹੀ ਕਰਕੇ ਸਿਰ ਚੁੱਲ੍ਹੇ ਦੇ ਪੱਟ ਪੱਟ ਮਿੱਟੀ ਖਾਈ ਹੁੰਦੀ ਮੋਟੀ ਕਾ ਤੇ ਅ ਕਿਉਂ ਖਾਲਾ ਕਰ ਮੰਮੀ ਹੋਈ ਵਧੀਆ ਲੱਗਦੀ ਚੁੱਲ੍ਹੇ ਦੀ ਮਿੱਟੀ ਆ ਚੱਲ ਪ੍ਰੀਤੀ ਦਵਾ ਦਵ ਕਰ ਫਿਰ ਆਪਾਂ ਨੇ ਮਾਈਸਾਂ ਦਾ ਵੀ ਦੇਖਣਾ ਤੇਰੀ ਘਰ ਹੈ ਕਾਮੜੀ ਹੈ ਰੋਟੀ ਤਾਂ ਰੱਜ ਕੇ ਖਾ ਲਾ ਸਵੇਰ ਦੀ ਫਿਰਦੀ ਹੈ ਇਹਦੇ ਕੁੜੀ ਬੋੜੀ ਲੈ ਰੁਪੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਇਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਸਾਡੇ ਡੀਅਰ ਫੈਨ ਦਾ ਬਹੁਤ ਬਹੁਤ ਥੈਂਕ ਯੂ ਜੋ ਸਾਨੂੰ ਇੰਨਾ ਸਾਰਾ ਪਿਆਰ ਦੇ ਰਹੇ ਨੇ ਹਾਂਜੀ ਜੋ ਜੋ ਤੁਹਾਡੇ ਮਾਇੰਡ ਵਿੱਚ ਆਉਂਦਾ ਜੀ ਵੀ ਇੱਦਾਂ ਦੀ ਵੀਡੀਓ ਬਣਾਉਣੀ ਚਾਹੀਦੀ ਨੇ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਦੇ ਰਹੋ ਜੀ ਥੈਂਕ ਯੂ ਜੀ ਬਾਕੀ ਜੋ ਜੋ ਸਾਡੇ ਵੀਡੀਓ ਨੂੰ ਲਾਈਕ ਕਰਦੇ ਆ ਕਮੈਂਟ ਕਰਦੇ ਆ ਉਹਨਾਂ ਦੇ ਨਾਮ ਪ੍ਰੀਤੀ ਦੱਸਣਗੇ ਜੀ ਅਸਲਾਮ ਅਲੈਕੁਮ ਔਰ ਬਤਾਓ ਸਭ ਖੈਰਿਅਤ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਔਰ ਜੀ ਜੋ ਸਾਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਜੀ ਉਹਨਾਂ ਦੇ ਨਾਮ ਇਹ ਨੇ ਜੀ ਦੀਪਾ ਗੋਹਲ ਜਸ਼ਨ ਢਿੱਲੋਂ ਲਵੀ ਬੋਪਾ ਰਾਏ ਚੈਲ ਭਿੱਖੀ ਨਰਿੰਦਰ ਸਿੱਧੂ ਗੁਰਜੰਟ ਸਿੰਘ ਪ੍ਰਦੀਪ ਸਿੰਘ ਸੁਖਪ੍ਰੀਤ ਬਰਾੜ ਸੰਦੀਪ ਮੰਚਲ ਸੋਕਤ ਅਲੀ ਜੀ ਇਹਨਾਂ ਦਾ ਥੈਂਕ ਯੂ ਜੀ ਬਹੁਤ ਵਧੀਆ ਵਧੀਆ ਕਮੈਂਟ ਕਰਦੇ ਨੇ ਜੀ ਇਸ ਤਰ੍ਹਾਂ ਸਾਨੂੰ ਕਮੈਂਟ ਕਰਦੇ ਰਿਹਾ ਕਰੋ ਜੀ ਜੋ ਤੁਹਾਡੇ ਮਾਇੰਡ 'ਚ ਜੀ ਸਾਨੂੰ ਜ਼ਰੂਰ ਦੱਸਿਆ ਕਰੋ ਕਿਹੜੀ ਕਿਹੜੀ ਟੋਪਿਕ 'ਤੇ ਅਸੀਂ ਵੀਡੀਓ ਬਣਾਈਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਥੈਂਕ ਯੂ ਸਾਡੀ ਰੂਪੀ ਸਾਨੂੰ ਬਹੁਤ ਪਿਆਰ ਕਰਦੀ ਜੀ ਇਹਨੂੰ ਵੀ ਕਮੈਂਟ ਜ਼ਰੂਰ ਕਰਿਆ ਕਰੋ